ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਪੈ ਸਕਦਾ ਮੀਂਹ ਤੇਜ਼ ਹਵਾਵਾਂ ਕਰਕੇ ਕੱਚੇ ਮਕਾਨਾਂ ਨੂੰ ਪਹੁੰਚ ਸਕਦਾ ਨੁਕਸਾਨ ਆਈਐਮਡੀ ਨੇ ਜਾਰੀ ਕੀਤੀ ਚੇਤਾਵਨੀ ਪੰਜਾਬ ਦੇ ਵਿੱਚ ਤੇ ਮੌਸਮ ਆ ਇੱਕ ਵਾਰ ਫਿਰ ਤੋਂ ਘੱਟ ਬੱਟ ਲਵੇਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਐਸਾ ਦਰਣ ਦਿਨ ਬਿਲੇ ਅੱਜਾ ਬਦਲਾ ਛਾਇ ਰਹਿੰਦੇ ਉਮੀਦਾ ਉੱਤਰ ਪੱਛਮੀ ਭਾਰਤ ਵਿੱਚ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ ਪੰਜਾਬ ਦੇ ਵਿੱਚ ਦੂਜਾ ਵੈਸਟਰਨ ਡਿਸਟਰਬੈਂਸ ਸਰਗਰ ਮੂਰਿਆ ਇਸ ਦਾ ਅਸਰ ਪੰਜਾਬ ਦੇ ਵਿੱਚ ਅੱਜ ਤੋਂ ਵੀਰਵਾਰ ਤੱਕ ਰਹਿਣ ਵਾਲਾ ਹੈ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈਆ ਪਛਮੀ ਗੜਬੜੀ ਦੇ ਚੱਲਦੇ ਮੌਸਮ ਦੇ ਵਿੱਚ ਆਏ ਬਦਲਾਵਾਂ ਦੇ ਬਾਅਦ ਅਲਰਟ ਇਹ ਜਾਰੀ ਕੀਤਾ ਗਿਆ ਜਿਸ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਮੌਸਮ ਵਿਭਾਗ ਦੇ ਵੱਲੋਂ ਅਗਲੇ 10 ਦਿਨਾਂ ਦਲੇ ਮੌਸਮ ਬਾਰੇ ਪੁਵੈਕਕ ਬਾਣੀ ਜਾਰੀ ਕੀਤੀ ਗਈ ਹੈ ਅਗਲੇ 3 ਦਿਨਾਂ ਤੱਕ ਤੂਫਾਨ ਅਤੇ ਮੀਂਹ ਦੇ ਕਾਰਨ ਗਰਮੀ ਤੋਂ ਰਾਹਤ ਮਿਲੇਗੀ ਕੱਲ ਵੀ ਰਾਤ ਵੇਲੇ ਮੀਂਹ ਪਿਆ 14 ਅਪ੍ਰੈਲ ਨੂੰ ਵੀ ਮੀਂਹ ਪੈ ਸਕਦਾ ਹੈ ਤੇ ਤੂਫਾਨ ਆ ਸਕਦਾ ਹੈ 15 ਅਪ੍ਰੈਲ ਨੂੰ ਦੁਪਹਿਰ ਵੇਲੇ ਗਰਮੀ ਰਹੇਗੀ 16 ਨੂੰ ਤਾਂ ਆਪਾਤਾ ਰਹੇਗੀ ਪਰ ਰਾਤ ਵੇਲੇ ਬੱਦਲ ਛਾਇ ਰਹਣਗੇ 17 ਤਰੀਕ ਨੂੰ ਬੱਦਲਾਂ ਸੰਤੋਪਾ ਰਹੇਗੀ 18 ਨੂੰ ਤਾਂ ਆਪਾ ਹੋ ਗਿਆ ਤੇ ਗਰਮੀ ਮਹਿਸੂਸ ਹੋ ਸਕਦੀ ਆ ਅਸਮਾਨ ਸਾਫ ਰਹੇਗਾ 19 ਅਪ੍ਰੈਲ ਨੂੰ ਫਿਰ ਤੋਂ ਮੀਂਹ ਪੈ ਸਕਦਾ ਜਾਂ ਰਾਤ ਨੂੰ ਅਸਮਾਨ ਸਾਫ ਹੋ ਜਾਵੇਗਾ ਅਗਲੀ ਖਬਰਾਂ 2024 ਦੇ ਵਿੱਚ 1 ਲੱਖ ਰੁਪਏ ਨੂੰ ਪਾਰ ਕਰੇਗਾ ਸੋਨਾ ਇਰਾਨ ਇਜ਼ਰਾਈਲ ਨੇ ਵਧਾਈ ਟੈਂਸ਼ਨਾਂ ਰਿਕਾਰਡ ਤੇ ਪਹੁੰਚੀਆਂ ਕੀਮਤਾਂ ਮਾਦਾ ਪੂਰਬ ਵਿੱਚ ਵਾਧੇ ਤਣਾਅ ਦੇ ਨਾਲ ਨਿਵੇਸ਼ਕ ਵੀ ਸੋਨੇ ਦੇ ਵੱਲ ਮੁੜ ਗਏ ਹਨ ਜਿਸ ਨੂੰ ਸੁਰੱਖਿਆ ਪਨਾਹਗਾ ਮੰਨਿਆ ਜਾਂਦਾ ਹੈ ਸ਼ੁੱਕਰਵਾਰ ਨੂੰ ਬੇਸ਼ੁਭ ਬਾਜ਼ਾਰਦ ਵਿੱਚ ਸੋਨੇ ਦੀ ਹਾਜ਼ਰ ਕੀਮਤ 2.2% ਵਧ ਕੇ 2424.32 ਡਾਲਰ ਪ੍ਰਤੀ ਆਉਂਸ ਤੇ ਪਹੁੰਚ ਗਈ ਐਸ ਹਫਤੇ ਸੋਨੇ ਦੀ ਕੀਮਤ ਵਿੱਚ 4% ਦਾ ਵਾਧਾ ਹੋਇਆ ਸੋਨੇ ਦੇ ਭਵਿੱਖ ਦੇ ਦਰਬੇ ਵੱਧੇ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਚਾਂਦੀ ਦੀ ਕੀਮਤਾਂ ਵੀ 4% ਵਧ ਕੇ 29.60 ਡਾਲਰ ਪ੍ਰਤੀ ਅੌਂਸ ਤੇ ਪਹੁੰਚ ਗਿਆ ਤੇ ਇਹ 2021 ਤੋਂ ਬਾਅਦ ਵਿਸ਼ਵਵਿਆਪੀ ਬਾਜ਼ਾਰਦ ਵਿੱਚ ਚਾਂਦੀ ਦੀ ਸਭ ਤੋਂ ਉੱਚੀ ਕੀਮਤ ਹੈ ਭਾਰਤ ਵਿੱਚ ਆ ਕੀਮਤ ਕਿੱਥੇ ਪਹੁੰਚ ਗਈ ਗਲੋਬਲ ਬਾਜ਼ਾਰਦ ਵਿੱਚ ਆਈ ਤੇਜ਼ੀ ਦਾ ਅਸਰ ਭਾਰਤੀ ਸਰਾਫਾ ਬਾਜ਼ਾਰ ਤੇ ਵੀ ਦੇਖਣ ਨੂੰ ਮਿਲਿਆ ਅਤੇ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ ਤਾਂ 1050 ਰੁਪਏ ਵਧ ਕੇ 73000 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ। ਇਹ ਸੋਨੇ ਦੇ ਰਿਕਾਰਡ ਆ ਕੀਮਤ ਹੈ ਚੰਦ ਦੀ ਕੀਮਤ ਵੀ ਸ਼ੁੱਕਰਵਾਰ ਨੂੰ 1400 ਰੁਪਏ ਵਧੀ ਆ ਅਤੇ ਇਹ 86300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਏ 2024 ਦੇ ਵਿੱਚ ਕੀਮਤਾਂ ਕਿੱਥੇ ਜਾਏਗੀ ਕੀੜੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕਿੜੀਆ ਨੇ ਕੁਝ ਦਿਨ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਇਹ ਸੋਲ ਧਨ ਤੇਰਸ ਜਾਨਕਿ ਨਵੰਬਰ ਮਹੀਨਾ ਤੱਕ ਸੁਨਹਿਰੀ ਕੀਮਾਤਾ 72000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਾ ਸਕਦੇ ਹਾਲਾਂਕਿ ਕੁਝ ਦਿਨਾਂ ਦੇ ਵਿੱਚ ਹੀ ਸੁਨੇ ਨੇ ਇਹ ਅੰਕੜਾ ਭਾਰ ਕਰ ਲਿਆ ਭਾਵੇਂ ਹਜੇ ਅਪ੍ਰੈਲ ਮਹੀਨਾ ਹੀ ਆਇਆ ਤੇ ਇਸ ਦੇ ਸਿਖਰ ਤੇ ਮਾਦਾ ਪੂਰਬ ਤੋਂ ਇੱਕ ਨਵਾਂ ਵਿਸ਼ਵ ਸੰਕਟ ਵੀ ਨਿਵੇਸ਼ਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਜਿਹ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਕਿ 2024 ਦੇ ਅੰਤ ਤੱਕ ਸੋਨਾ ਲਗਭਗ 1 ਲੱਖ ਰੁਪਏ ਤੱਕ ਪਹੁੰਚ ਜਾ ਸਕਦਾ ਹੈ। ਅਗਲੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਸੂਚੇ ਨੇ ਖੜੇ ਕੀਤੇ ਸਵਾਲ ਢਿੰਡਸਾ ਲਈ ਨੁਕਰੇ ਹਰਸਿਮਰਤ ਕੌਰ ਦੇ ਬਦਲੇ ਜਾ ਸਕਦੇ ਆ ਸੀਟ। ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਪਹਿਲੇ ਸੂਚੇ ਦਾ ਐਲਾਨ ਕਰ ਦਿੱਤਾ ਗਿਆ ਜਿਸ ਵਿੱਚ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਪਰ ਅਸ ਨਾਲ ਇੱਕ ਚਰਚਾ ਵੀ ਛੜ ਗਿਆ ਤੇ ਆਖਰ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੱਕੀ ਸੀਟ ਆ ਬਠਿੰਡਾ ਤੇ ਪਰੋਇਪੁਰ ਤੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਜੇ ਗੱਲ ਆ ਬਠਿੰਡਾ ਲੋਕ ਸਭਾ ਸੀਟ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਉੱਤੇ ਰੋਕ ਕੱਲ ਲਗਾ ਦਿੱt ਹਰ ਸਿਮਰਤ ਕੌਰ ਬਾਦਲ ਇੱਥੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕਿਆ ਨ ਪਹਿਲੀ ਸੂਚਿ ਦੇ ਵਿੱਚ ਆ ਹਾਰ ਸਮਰਾਤਕ ਔਰ ਬਾਦਲ ਦਾ ਨਾਮ ਤੈ ਮੰਨਿਆ ਜਾ ਰਿਹਾ ਹੈ ਹਾਲਾਂਕਿ ਪਾਰਟੀ ਨੇ ਹਜੇ ਤੱਕ ਉਹਨਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਉਤਈ ਜੇਕਰ ਪ੍ਰੋਇਪਾਰਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰਾ ਸਿੰਘ ਬਾਦਲ ਇਸ ਸਮੇਂ ਪ੍ਰੋਇਪਾਰਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰਾਂ ਤੇ ਪਹਿਲੀ ਸੂਚੀ ਦੇ ਵਿੱਚ ਵੀ ਪ੍ਰੋਇਪਾਰਾ ਸੀਟ ਦੇ ਲਈ ਅਮੀਰਵਾਰ ਦਾ ਐਲਾਨ ਨਹੀਂ ਕੀਤਾ ਗਿਆ ਚਰਚਾ ਹੈ ਕਿ ਪਾਰਟੀ ਇੱਥੇ ਕੋਈ ਹੋਰ ਚਿਹਰਾ ਉਉਨਾ ਮੈਦਾਨ ਦੇ ਵਿੱਚੋਂ ਤਰ ਸਕਦੇ ਉੱਤੇ ਸੰਗਰੂਰਾ ਸੀੜ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਨੇ ਇੱਥੋਂ ਇਕਬਾਲ ਸਿੰਘਾ ਚੂਂਦਾ ਨੂੰ ਉਮੀਦਵਾਰ ਬਣਾਇਆ ਹੈ ਪਰ ਇੱਥੇ ਚਰਚਾ ਸੀ ਕਿ ਇੱਥੋਂ ਪਰਮੇਂਦਰ ਸਿੰਘਾ ਢਿੰਡਸਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਢਿੰਡਸਾ ਪਰਿਵਾਰ ਦਾ ਅਜੇ ਸੰਗਰੂਰਾ ਹਲਕੇ ਦੇ ਵਿੱਚ ਖਾਸਾ ਅਸਰ ਹੈ ਤਾਂ ਇੱਥੇ ਪਰਮੇਂਦਰ ਸਿੰਘਾ ਢਿੰਡਸਾ ਨੂੰ ਟੈਗਟਾ ਨਾ ਦੇਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਜ਼ਿਕਰ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਅਮੀਰਵਾਰ ਬਣਾਇਆ ਗਿਆ ਅਮਰitsar <Sanye> ਤੋਂ ਅਨੈਲਾ ਜੋ ਸ਼ੀਨੋ ਅਮੀਰਵਾਰ ਬਣਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਅਮੀਰਵਾਰ ਬਣਾਇਆ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਤੇ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਅਮੀਰਵਾਰ ਬਣਾਇਆ ਗਿਆ ਹੈ ਆਗਲੀ ਖਬਰਾਂ ਖਾਲਸਤਾਨੀਆਂ ਦੇ ਹੁਣ ਕੈਰਨੀ ਐਨਆਈਐਨ ਨੇ ਪਗੋੜੇ ਅੱਤਵਾਦੀ ਦੇ ਜਾਇਦਾਦ ਕੀਤੀ ਜ਼ਬਤ ਤਾਂ ਦੋਸਤੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਐਨ ਨੇ ਖਾਲਸਤਾਨ ਦੀ ਹਮਾਇਤ ਕਰਨ ਵਾਲੇ ਗੈਂਗਸਟਰ ਅੱਤਵਾਦੀ ਗਠ ਜੂੜਾ ਦੇ ਮਾਮਲੇ ਵਿੱਚ ਆਪਣੀ ਪਕੜ ਹੋਰ ਸਖਤ ਕਰ ਦਿੱਤੀ ਹੈ ਐਨਆਈਐਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਨਾਮਜਦ ਅੱਤਵਾਦੀ ਰਮਨਦੀਪ ਸਿੰਘ ਔਰਫਾ ਰਮਨਦੇਵ ਅਚਾਲਾ ਜਾਇਦਾਦ ਦਾ ਜ਼ਬਤ ਕਾਲਿਆ ਰਮਨਦੇਵ ਪਾਸ ਸੰਗ ਨੂੰ 27 ਜੁਲਾਈ 2023 ਨੂੰ NIA ਦੇ ਵਿਸ਼ੇਸ਼ ਅਦਾਲਤ ਨੇ ਪਗੌੜਾ ਅਪਰਾਧਿਕ ਕੋਸ਼ ਤੱਕ ਕੀਤਾ ਸੀ NIA ਦੇ ਵਿਸ਼ੇਸ਼ ਅਦਾਲਤਾ ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ ਦੀਆਂ ਹਦਾਇਤਾਂ ਤੇ ਅੱਤਵਾਦ ਦੇ ਵਿਰੁੱਧ ਏਜੰਸੀ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਟਿੱਬੀ ਕਲਾਂ ਦੇ ਪਿੰਡ ਚੋਕਾ ਨੋਹ ਦਾ ਸੰਗ ਦੇ 31 ਕਨਾਲਾ 9 ਮਰਲੇ ਅਤੇ 4 ਸਰਸਾਈ ਜ਼ਮੀਨਾਂ ਜ਼ਬਤ ਕੀਤੀ ਹੈ ਅਗਲੀ ਖਬਰ ਆ ਫਾਇਰ ਬੈਚਾ 2 ਲੱਖ ਤਨਖਾਹ ਵਾਲੀ ਨੌਕਰੀ ਬਿਨਾ ਪ੍ਰੀਖਿਆ ਹੋਵੇਗੀ ਭਰਤੀ ਭਾਰਤੀ ਫਾਇਨ 140 ਮੇ ਟੈਕਨੀਕਲ ਗ੍ਰੈਜੂਏਟ ਕੋਰਸਾ ਦੇ ਲਈ ਖਾਲੀਆ ਸਮਾਂ ਜਾਰੀ ਕਰਤਿਆਂ ਨੇ ਜੇਕਰ ਤੁਸੀਂ ਇੰਜੀਨੀਅਰਿੰਗ ਆ ਗ੍ਰੈਜੂਏਟ ਹੋ ਅਤੇ ਭਾਰਤੀ ਫਾਇਦੇ ਵਿੱਚ ਆਫਸਰ ਬਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਤੁਹਾਡੇ ਲਈ ਇੱਕ ਚੰਗਾ ਮੌਕਾ ਹੋਵੇਗਾ ਐਸਐਲਯੋਗਾ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਤੇ ਇਨ੍ਹਾਂ ਅਹੁਦਿਆਂ ਤੇ ਭਾਰਤੀ ਦੇ ਲਈ ਅਰਜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਭਾਰਤੀ ਫੌਜ ਦੇ ਐਸਾ ਭਾਰਤੀ ਰਾਈ ਕੋਲਾਤੀਆ ਸਮੀਆਂ ਪਰੀਆਂ ਜਾਣੀਆਂ ਤੇ ਕੋਈ ਵੀ ਉਮੀਦਵਾਰ ਜੋ ਕਿ ਇਨ੍ਹਾਂ ਅਸਾਮੀਆਂ ਤੇ ਨੌਕਰੀ ਪ੍ਰਾਪਤ ਕਰਨਾ ਚਾਹੁੰਦਾ ਹੈ 9 ਮਈ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦਾ ਤੇ 2 ਤੋਂ ਲੈ ਕੇ 22 ਲੱਖ ਰੁਪਏ ਤੱਕ ਤਨਖਾਹ ਵੀ ਮਿਲੇਗੀ ਵਿਸ਼ਵ ਵਿੱਚ ਛੱਡ ਸਕਦਾ ਹੈ ਵੱਡਾ ਪਰਮਾਣੂ ਯੁੱਧ ਤਾਂ ਦੋਸਤੋ ਈਰਾਨ ਅਤੇ ਇਜ਼ਰਾਈਲ ਵਿਚਾਲੇ ਕਿਸੇ ਵਕਤ ਵੀ ਵੱਡੀ جنگ ਛੱਡ ਸਕਦੇ ਹੈ ਈਰਾਨ ਦੇ ਵੱਲੋਂ ਅਜਿਹਾ ਐਲਾਨ ਵੀ ਕਰ ਦਿੱਤਾ ਗਿਆ ਜਿਸ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਭਾਜੜਾਂ ਵੀ ਪਾ ਦਿੱਤੀਆਂ ਅਤੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਈਰਾਨ ਦੇ ਵੱਲੋਂ ਇਸ ਹਮਲੇ ਦੌਰਾਨ ਪਰਮਾਣੂ ਬੰਬਾਂ ਦੇ ਵਰਤੋਂ ਕੀਤੇ ਜਾ ਸਕਦੇ ਹੈ ਕਿਉਂਕਿ ਕਿਸੇ ਵੀ ਹਾਲਤ ਵਿੱਚ ਈਰਾਨ ਆਪਣਾ ਯੂਕਰੇਨ ਵਰਗਾ ਹਾਲ ਨਹੀਂ ਹੋਣ ਦੇਣਾ ਚਾਹੁੰਦਾ ਇਹ ਰਾਣ ਵੱਲੋਂ ਇਜ਼ਰਾਈਲ ਤੇ ਹਮਲਾ ਕਰਨ ਦੀ ਗੱਲ ਆਕੀ ਗਿਆ ਜਦ ਦੇ ਚੱਲਦਿਆ ਉਸ ਵੱਲੋਂ ਜੰਗ ਦੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਐਲਾਨ ਨੇ ਵਿਸ਼ਵ ਭਰ ਦੇ ਕਈ ਦੇਸ਼ਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਇਹ ਜਾਣਕਾਰੀ ਅਮਰੀਕੀ ਅਖਬਾਰ ਵਾਲ ਸਟ੍ਰੀਟ ਜਰਨਲ ਦੇ ਵੱਲੋਂ ਆਪਣੀ ਰਿਪੋਰਟ ਦੇ ਵਿੱਚ ਅਮਰੀਕੀ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ ਨੋਟਸ ਰੱਖੀਤੀ ਗਈ ਹੈ। ਪੰਜਾਬ ਦੇ ਸਾਰੇ ਸਕੂਲਾਂ ਨੂੰ ਮਾਨ ਸਰਕਾਰ ਦੇ ਸਖਤ ਹੁਕਮਾ ਹੋਵੇਗਾ ਐਕਸ਼ਨ। ਸ਼ਰਾਬੀ ਡਰਾਈਵਰ ਕਾਰਨ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਲੰਘੇ ਦਿਨੀ 6 ਸਕੂਲੀ ਬੱਚਿਆਂ ਦੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਸੀ ਡਰਾਈਵਰ ਨੇ ਸ਼ਰਾਬ ਦੇ ਨਸ਼ੇ ਵਿੱਚ ਬੱਚਾ ਦੇ ਨਾਲ ਪ੍ਰੀ ਸਕੂਲ ਬੱਸਾ ਦਰਾਖਤ ਨਾਲ ਮਾਰ ਦਿੱਤੇ ਸੀ ਐਸਾ ਸਕੂਲ ਬੱਸਾ ਹਾਰਸੇ ਤੋਂ ਬਾਅਦ ਦਾ ਪੰਜਾਬ ਸਰਕਾਰ ਵੀ ਐਕਸ਼ਨ ਮੋੜ ਦੇ ਵਿੱਚ ਆ ਗਈ ਔਕਤਾਂ ਘਟਨਾ ਦੇ ਅਗਲੇ ਦਿਨ ਸਵੇਰੇ ਮੋਕਸ ਕੱਤਰ ਨੇ ਸਾਰੇ ਡੈਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਪੁਲਿਸ ਆ ਪ੍ਰਮੁੱਖਾਂ ਨੂੰ ਸਕੂਲੀ ਬੱਚਾ ਨੂੰ ਵਿਦਿਆਰਤਾਂ ਦੇ ਲਈ ਸੁਰੱਖਿਆਤ ਬਣਾਉਣ ਦੇ ਲਈ ਚੈਕਿੰਗ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਚੀਫ ਸੈਕਟਰੀ ਵੱਲੋਂ ਲਿਖੇ ਪੱਤਰ ਦੇ ਵਿੱਚ ਸਕੂਲੀ ਬੱਚਾ ਨੇ ਚੈਕਿੰਗ ਦੇ ਦੌਰਾਨ ਸਾਹਮਣੇ ਆਉਣ ਵਾਲੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜਣ ਦੇ ਲਈ ਕਿਹਾ ਗਿਆ ਹੈ ਛੇਤੀ ਆਵੇਗੀ ਪੀਐਮ ਕੇ ਸਾਹ ਦੇ ਅਗਲੀ ਕੈਸਟ ਤਾਂ ਇਦਾਂ ਚੈੱਕ ਕਰੋ ਲਿਸਟ ਵਿੱਚ ਆਪਣਾ ਨਾਮ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਮਦਦ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਤੇ ਐਸਾ ਉਦੇਸ਼ ਦੇ ਨਾਲ ਪ੍ਰਧਾਨ ਮੰਤਰੀ ਇੱਕ ਖਸਾਨ ਸਨਮਾਨ ਦੇ ਜੋਇਨਾ ਕੌਜਾ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਸਕੀਮ ਦੇ ਰਾਹੀਂ ਕਿ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੇ ਬਿੱਤੇ ਸਹਾਇਤਾ ਦਿੱਤੀ ਜਾਂਦੀ ਹੈ ਇਹ ਰਕਮ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਹੈ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੇ ਐਸ ਸਕੀਮ ਦੇ ਤਹਿਤ ਹੁਣ ਤੱਕ ਕਿਸਾਨਾਂ ਨੂੰ 16 ਕਿਸ਼ਤਾਂ ਮਿਲ ਚੁੱਕੀਆਂ ਹਨ ਤੇ ਹੁਣ ਕਿਸਾਨ 17ਵੀਂ ਕਿਸ਼ਤ ਦੇ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਤੇ ਵਕ-ਵਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਕਿਸਾਨ ਸਨਮਾਨਯ ਦੇ ਜੋਇਨਾ ਤਹਤ ਦੂਜੀ ਕੈਸਤ ਮਈ ਦੇ ਆਖਰਲੇ ਹਫਤੇ ਦੇ ਵਿੱਚ ਜਾਂ ਕਿਸਾਨਾਂ ਦੇ ਬੈਂਕ ਖਾਤਾ ਵਿੱਚ ਜਾਂ ਭੇਜੀ ਜਾ ਸਕਦੇ ਅਜਿਹੀ ਸਥਿਤੀ ਵਿੱਚ ਕਿਸਾਨ ਭਰਾਵਾਂ ਨੂੰ ਸਾਰੇ ਜ਼ਰੂਰੀ ਕੰਮ ਪੂਰੇ ਕਰ ਲੈਣੇ ਚਾਹੀਦੇ ਹਨ ਜੇਕਰ ਤੁਸੀਂ ਹਜੇ ਤੱਕ ਈਕੇ 22 ਨਹੀਂ ਕਰਵਾਈਆ ਤਾਂ ਇਸ ਨੂੰ ਤੁਰੰਤ ਕਰਵਾ ਲਓ ਨਹੀਂ ਤਾਂ ਤੁਹਾਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ ਤਾਨੂੰ ਦੱਸ ਦੇ ਕਿ OTP ਅਧਾਰਤ eKYC ਸੇਵਾ ਪੀਐਮਏ ਕਿਸਾਨ ਪੋਰਟਲ ਤੇ ਉਪਲਬਧ ਹੈ ਤੇ ਇਸ ਤੋਂ ਇਲਾਵਾ ਤੁਸੀਂ ਬਾਇਓਮੈਟ੍ਰਿਕ ਦਾ ਅਧਾਰਤ eKYC ਦੇ ਲਈ CSC ਕੇਂਦਰ ਦੇ ਵਿੱਚ ਜਾ ਸਕਦੇ ਹੋ ਤੇ ਜੇਕਰ ਤੁਸੀਂ ਸਾਰਾ ਕੰਮ ਕਰ ਲਿਆ ਤਾਂ ਲਿਸਟ ਦੇ ਵਿੱਚ ਆਪਣਾ ਨਾਮ ਅਧਿਕਾਰਤ ਪੀਐਮਏ ਕਿਸਾਨ.gov.in ਵੈੱਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ BKU ਕਾਦਿਆਂ ਦੇ ਵੱਲੋਂ ਫੂਸਾ 44 ਦੇ ਪਨੀਰੇ ਲਗਾਉਣ ਦਾ ਐਲਾਨ ਭਾਰਤੀ ਕਸਾਨ ਜੋਨੇ ਨਕਾਦਾਂਾ ਜ਼ਿਲ੍ਹਾ ਬਰਨਾਲਾ ਦੇ ਮਹੀਨਾਵਾਰ ਮੀਟਿੰਗਾਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘਾ ਸ਼ਿਨੀਬਾਲ ਦੇ ਪ੍ਰਧਾਨਗੇ ਹੇਠ ਗੁਰਦੁਆਰਾ ਬੀਬੀ ਪ੍ਰਧਾਨਕੌਰ ਬਰਨਾਲਾ ਵਿਖੇ ਹੋਈ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘਾ ਸ਼ਿਨੀਬਾਲ ਨੇ ਕਹਿ ਕੇ ਚੁੰਨੇ ਦੇ ਬਦਲ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਨੀਤੀ ਨਾ ਬਣਾਉਂਦੇ ਵਿਰੋਧ ਦਾ ਵਜੋਂ ਕੱਲ੍ਹ ਵੀ ਕਈ ਕਾਦਾਂ ਦੇ ਵੱਲੋਂ ਫੂਸਾ 44 ਪਨੀਰੀ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਹਿ ਕੇ ਸਰਕਾਰ ਦੇ ਵੱਲੋਂ 10 ਜੂਨ ਤੋਂ ਬਿਲੇ ਸਪਲਾਈ ਅਤੇ ਨਹਿਰੀ ਪਾਣੀ ਦਿੱਤਾ ਜਾਵੇ ਜੇਕਰ ਸਰਕਾਰ ਤੱਕੇ ਦੇ ਨਾਲ ਲੱਗੀ ਹੋਈ ਜਿਹੜੀ ਜਾਂਚ ਹੋਣਾ ਬਾਈ ਗੀਤਾ ਜੱਤੇਵੰਦੀ ਦੇ ਵੱਲੋਂ ਆਏ ਅਧਿਕਾਰੀਆਂ ਦਾ ਘਰਾਓ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਬਾਸਮਤੀ ਬੀਜ ਵਜਾਉਣੇ ਹਨ ਤਾਂ ਉਹਨਾਂ ਦੇ ਉੱਪਰ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਤੇ ਜੇਕਰ ਸਰਕਾਰ ਨੇ ਪੀਆਰ 126 ਜੇ ਝੂਨੇ ਦਾ ਬੀਜ ਵਜਾਉਣਾ ਤਾਂ ਉਹਦੇ ਉੱਪਰ ਕਟੋਕਾਟਾ 200 ਰੁਪਏ ਪ੍ਰਤੀ ਕੁਇੰਟਲ ਬੋਨਾ ਸਦਿਤਤਾ ਜਾਵੇ। ਅਗਲੀ ਖਬਰ ਰਾਸ਼ਨ卡ਡ ਧਾਰਕਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ। ਪੰਜਾਬ ਮੰਤਰੀ ਮੰਡਲ ਦੀ ਕੁਝ ਦਿਨ ਪਹਿਲਾਂ ਮੀਟਿੰਗ ਹੋਈ ਇਸ ਵਿੱਚ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਐਮਾ ਫੈਸਲਿਆਂ ਨੂੰ ਲੈ ਕੇ ਪ੍ਰਵਾਨਗੀ ਦਿੱਤੀ ਗਈ ਪੰਜਾਬ ਦੇ ਮੌਕਮ ਮੰਤਰੀ ਭਗਵੰਤ ਮਾਨ ਨੇ ਕੈਬਨਿਟਾ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਈ ਵੱਡੇ ਐਲਾਨ ਕੀਤੇ। ਐਸਦਰਨ ਸੀਮਾ ਮਾਨ ਨੇ ਐਸਾ ਗੱਲ ਦੀ ਪੋਸਟਿੰਗ ਕੀਤਾ ਕਿ ਆਮ ਆਰਮੀ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਲੋਕ ਸਭਾ ਚੋਣਾਂ ਲੜ ਰਹੀ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਫੇਰ ਆ ਪੰਜਾਬ ਦੇ ਵਿੱਚ ਇਹ ਹੀਰੋ ਬਣਨਗੇ ਐਸ ਵਾਰ 130 ਦੇ ਨਾਲ ਆਪ ਇਕੱਲੇ ਮੈਦਾਨ ਦੇ ਵਿੱਚ ਉਤਰੇਗੇ ਤੇ ਜਿੱਤ ਦਿਖਾਏਗੀ ਰਾਸ਼ਨ ਕਾਰਡ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਐਸਦਰਨ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਰਾਸ਼ਨ ਕਾਰਡ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਸੁਨਾਇਆ ਹੈ ਸਿਯਮਾਨ ਨੇ ਕਹਿ ਕੇ ਕੱਟੇਗੇ ਰਾਸ਼ਨ ਕਾਰਡਾਂ ਨੂੰ ਬਹਾਲ ਕੀਤਾ ਜਾਵੇਗਾ ਜਾਨੀ ਕਿ 10 ਲੱਖ 77000 ਰਾਸ਼ਨ ਕਾਰਡ ਮੋੜ ਬਹਾਲ ਕੀਤੇ ਜਾਣਗੇ ਇਸ ਤਹਿਤ ਸਾਰੇ ਘਰਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇਗਾ ਪੰਜਾਬ ਸਰਕਾਰ ਰਾਸ਼ਨ ਦੇ ਡੋਰ ਸਟੈਪ ਪਰ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਹੁਣ ਪੰਜਾਬ ਦੇ ਬੱਚ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ